ਹੈਲੋ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਹਾਂਜੀ ਕੀ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਅਸੀਂ ਸਾਰੇ ਠੀਕ ਠਾਕ ਹਾਂ ਅਤੇ ਅੱਜ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਬ੍ਰੇਕਫਾਸਟ ਤੋਂ ਬ੍ਰੇਕਫਾਸਟ 'ਚ ਬਣਾਇਆ ਅਸੀਂ ਸ਼ਪੀਗਲ ਆਇਆ ਜਿਹੜਾ ਕੱਚਾ ਔਰ ਪੱਕਾ ਅੰਡਾ ਹੁੰਦਾ ਆਹ ਬਣਾਇਆ ਮੈਂ ਜੈਸਿਕਾ ਵਾਸਤੇ ਅਤੇ ਮੈਂ ਨਾਲ ਦੇ ਨਾਲ ਹੀ ਹਾਂ ਅਤੇ ਮਨੀ ਵਾਸਤੇ ਵੀ ਬਣਾ ਲਿੱਤਾ ਹੈਗਾ ਮੈਂ ਕਿ ਚਲੋ ਨਾਲ ਹੀ ਬਣਾ ਲੈਣੇ ਮਨੀ ਵਾਸਤੇ ਮੈਂ ਓਮਲੇਟ ਬਣਾਇਆ ਹੈਗਾ ਅਤੇ ਉਸ ਤੋਂ ਬਾਅਦ ਨਾਲ ਮੈਂ ਬਣਾਈ ਜੀ ਚਾਹ ਚਾਹ ਦੇ ਨਾਲ ਜੀ ਸ਼ਪੀਗਲ ਆਇਆ ਅਤੇ ਨਾਲ ਚਾਹ ਅਸੀਂ ਬੈਠੇ ਫਿਰ ਬ੍ਰੇਕਫਾਸਟ ਕਰਨਾ ਸੀ ਕਿ ਚਲੋ ਪਹਿਲਾਂ ਬ੍ਰੇਕਫਾਸਟ ਕਰ ਲੈਂਦੇ ਹਾਂ ਫਿਰ ਕੰਮ ਕਾਜ ਸਟਾਰਟ ਕਰਾਂਗੇ ਅਤੇ ਬ੍ਰੇਕਫਾਸਟ ਸਾਡਾ ਜੀ ਹੋ ਗਿਆ ਅਤੇ ਅਸੀਂ ਫੜ ਲਏ ਜੇ ਝਾੜੂ ਪੋਚੇ ਅਤੇ ਸਾਡੀ ਜੈਸਿਕਾ ਕਹਿੰਦੀ ਕਿ ਮੈਂ ਹੀ ਸਫਾਈ ਕਰਾਂਗੀ ਅਤੇ ਮੈਨੂੰ ਉਸਨੇ ਸਫਾਈ ਨਹੀਂ ਕਰਨ ਦਿੱਤੀ ਅਸੀਂ ਕਿਹਾ ਚਲੋ ਪਹਿਲਾਂ ਜਾਲੇ ਲਾਈਏ ਕੀੜੇ ਮਕੌੜੇ ਪਹਿਲਾਂ ਥੱਲੇ ਤਾਰੀਏ ਛੱਤ ਤੋਂ ਅਤੇ ਫਿਰ ਅਸੀਂ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਸ਼ੀਨ ਮਾਰਾਂਗੇ ਮੈਂ ਜੈਸਿਕਾ ਨੂੰ ਬੜਾ ਕਿਹਾ ਕਿ ਜੈਸਿਕਾ ਮੈਨੂੰ ਦਿਓ ਜੈਸਿਕਾ ਕਹਿੰਦੀ ਨਾ ਸਾਰੀ ਸਫਾਈ ਅੱਜ ਤਾਂ ਮੈਂ ਹੀ ਕਰਨੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਲਓ ਫਿਰ ਜੈਸਿਕਾ ਨੇ ਮੈਨੂੰ ਫੜਾਇਆ ਅਤੇ ਮੈਂ ਕੀਤੀ ਜੀ ਸਫਾਈ ਅਤੇ ਫਿਰ ਮੈਂ ਮਾਰੀ ਜੀ ਘਰ ਦੇ ਵਿੱਚ ਮਸ਼ੀਨ ਉਸ ਤੋਂ ਬਾਅਦ ਜੀ ਮਣੀ ਚਲੇ ਗਏ ਜੀ ਬਾਹਰ ਅਤੇ ਮਣੀ ਨੇ ਕਿਤੇ ਪੱਤੇ ਛੱਤੇ ਲਾਏ ਅਤੇ ਝਾੜੂ ਝੂੜੂ ਨਾਲ ਸਾਰਾ ਸਾਫ਼ ਕੀਤਾ ਡੀਪ ਕਲੀਨਿੰਗ ਦੀਵਾਲੀ ਆ ਗਈ ਕਿ ਦੀਵਾਲੀ ਦੀ ਚਲੋ ਸਫਾਈ ਕੀਤੀ ਜਾਏ ਨਾ ਇਹ ਕਿ ਪਹਿਲਾਂ ਸਫਾਈ ਕਰ ਲੈਣੇ ਹੈਗੇ ਅਤੇ ਉਸ ਤੋਂ ਬਾਅਦ ਫਿਰ ਕਰਾਂਗੇ ਕਿ ਕੰਮ ਕਾਜ ਕਰਨੇ ਹੈਗੇ ਨੇ ਅਤੇ ਡੀਪ ਕਲੀਨਿੰਗ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੀ ਆ ਦੇਖੋ ਜੀ ਸਾਡੇ ਘਰ ਮੇਥੀ ਲੱਗੀ ਹੋਈ ਨਾ ਅਸੀਂ ਥੋੜ੍ਹੀ ਜਿਹੀ ਮੇਥੀ ਵੀ ਲਗਾਈ ਹੋਈ ਹੈਗੀ ਅਤੇ ਮਣੀ ਨੇ ਸਾਰਾ ਬੁਰਸ਼ ਮਾਰ ਮੁਰ ਕੇ ਪੱਥਰ ਜੇ ਸਾਫ਼ ਕੀਤੇ ਹੈਗੇ ਅਸੀਂ ਕਿਹਾ ਚਲੋ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਤਿਆਰ ਆ ਰਿਹਾ ਹੈਗਾ ਤਿਆਰ ਅਤੇ ਕਹਿੰਦੇ ਨਾ ਸਫਾਈ ਕਰਨੀ ਜ਼ਰੂਰੀ ਹੁੰਦੀ ਹੈ ਨਾ ਆਹ ਵੀ ਇੱਕ ਮਤਲਬ ਕਿ ਸਫਾਈ ਕਰਨਾ ਉਹ ਹੈਗਾ ਅਤੇ ਚਲੋ ਜੀ ਉਸ ਤੋਂ ਫੜੀ ਇਹੀ ਗੱਡੀ ਅਤੇ ਗੱਡੀ ਫੜ ਕੇ ਅਸੀਂ ਘੁੰਮੀ ਕਰਨ ਚਲੇ ਗਏ ਅਸੀਂ ਕਿਹਾ ਚਲੋ ਥੋੜ੍ਹਾ ਘੁੰਮ ਫਿਰ ਕੇ ਆਉਂਦੇ ਹੈਗੇ ਅਤੇ ਨਾਲ ਨਾਲ ਜੀ ਸਾਡੀ ਮੰਮਾ ਵੀ ਆਈ ਹੋਈ ਹੈਗੀ ਇੰਡੀਆ ਤੋਂ ਅਤੇ ਸਾਡੀ ਮੰਮਾ ਵੀ ਸਾਡੇ ਨਾਲ ਗਏ ਹੈਗੇ ਨੇ ਘੁੰਮਣ ਵਾਸਤੇ ਹੈ ਨਾ ਅਸੀਂ ਗਏ ਪਹਿਲਾਂ ਜੀ ਸਬਜ਼ੀਆਂ ਵਾਲੀ ਦੁਕਾਨ ਅਤੇ ਉੱਥੋਂ ਅਸੀਂ ਫਰੂਟ ਲਿੱਤਾ ਸਬਜ਼ੀਆਂ ਲਿੱਤੀਆਂ ਕਰ ਕਰਾ ਕੇ ਜੀ ਅਸੀਂ ਉਹ ਵੜ ਗਏ ਫਿਰ ਸਬਜ਼ੀ ਵਾਲੀ ਦੁਕਾਨ ਦੇ ਅੰਦਰ ਨਾ ਉੱਥੋਂ ਜਾ ਕੇ ਅਸੀਂ ਕਿ ਦੇਖਦੇ ਇੱਥੇ ਕੀ ਹੈਗਾ ਇੱਥੋਂ ਵੀ ਅਸੀਂ ਸੌਦਾ ਪੱਤਾ ਲਿੱਤਾ ਹੈਗਾ ਥੋੜ੍ਹਾ ਅਤੇ ਫਿਰ ਅੱਗੇ ਜਾ ਕੇ ਬੱਚੇ ਵੜ ਗਏ ਜੇ ਆਪਣੀਆਂ ਚੀਜ਼ਾਂ ਖਾਣ ਕੋਈ ਕਵੇ ਬਿਸਕੁਟ ਖਾਣਾ ਕੋਈ ਕਵੇ ਨਮਕੀਨ ਖਾਣੀ ਆਪਾਂ ਕਿ ਜੋ ਖਾਣਾ ਫੜ ਲਓ ਹੈ ਨਾ ਅਤੇ ਉਹਨਾਂ ਨੇ ਜੀ ਆਪਣਾ ਜੋ ਖਾਣਾ ਸੀ ਉਹਨਾਂ ਨੇ ਲਿੱਤਾ ਹੈਗਾ ਅਤੇ ਅਸੀਂ ਕਦੇ ਦਹੀਂ ਦੁੱਧ ਸਾਰੀਆਂ ਚੀਜ਼ਾਂ ਦੇਖੀਆਂ ਚਲੋ ਅਸੀਂ ਆਏ ਹੈਗੇ ਹੁਣ ਸਾਰਾ ਕੁਛ ਲੈ ਚੱਲੀਏ ਕਰਦੇ ਕਰਾਉਂਦੇ ਜੀ ਬੱਚੇ ਕਦੇ ਇੱਧਰ ਭੱਜਣ ਕਦੇ ਉੱਧਰ ਭੱਜਣ ਅਤੇ ਅਸੀਂ ਵੀ ਆਹ ਅਤੇ ਆਪਣਾ ਸਮਾਨ ਲੈਂਦੇ ਰਹੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਕਰਦੇ ਕਰਾਉਂਦੇ ਅਸੀਂ ਪਹੁੰਚੇ ਮੀਟ ਵਾਲੀ ਜਗ੍ਹਾ 'ਤੇ ਉੱਥੇ ਸੀ ਜੀ ਆ ਮੱਛੀਆਂ ਤਾਜ਼ੀਆਂ ਬਹੁਤ ਹੀ ਅਤੇ ਨਾਲ ਹੀ ਮੀਟ ਸੀ ਨਾਲ ਹੀ ਲਾਮ ਸੀ ਚਿਕਨ ਸੀ ਬੱਕਰਾ ਸੀ ਭੇਡ ਸੀ ਗਾਂ ਸੀ ਗਾਂ ਨਹੀਂ ਸੀ ਹੈਗੀ ਹੈ ਅਤੇ ਅਸੀਂ ਕਿਹਾ ਚਲੋ ਦੇਖੋ ਜੀ ਸਾਰੇ ਮੀਟ ਮੁਰਗਾ ਹੀ ਹੈ ਨਾ ਅਸੀਂ ਕਿਹਾ ਸਾਨੂੰ ਵੀ ਚਲੋ ਥੋੜ੍ਹਾ ਜਿਹਾ ਮੀਟ ਦੇ ਦਿਉ ਅਸੀਂ ਵੀ ਥੋੜ੍ਹਾ ਜਿਹਾ ਮੀਟ ਖਰੀਦਿਆ ਹੈਗਾ ਇਹਨਾਂ ਦੇ ਕੋਲੋਂ ਅਸੀਂ ਕਿਹਾ ਚਲੋ ਲੱਗੇ ਹੱਥ ਅਸੀਂ ਵੀ ਲੈ ਜਾਂਦੇ ਹੁਣ ਜੀ ਆਏ ਹੈਗੇ ਭਾਈ ਨੇ ਫਿਰ ਪੜ ਕੇ ਜੀ ਲੱਤਾਂ ਫੱਤਾਂ ਮੁਰਗੇ ਦੀਆਂ ਤੋਲ ਤੋਲ ਕੇ ਅਤੇ ਸਾਨੂੰ ਦਿੱਤੀਆਂ ਅਤੇ ਅਸੀਂ ਅੱਗੇ 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 ਕਿਹੜਾ ਕਿਹੜਾ ਮੀਟ ਲੱਗਿਆ ਅੱਗੇ ਵੀ ਸਾਰੇ ਅਸੀਂ ਕਲੇਜੀਆਂ ਕਲੂਜੀਆਂ ਸੀ ਆਹ ਦੇਖੋ ਜੀ ਉਹਨਾਂ ਦੇ ਪੱਟ ਛੱਟ ਲਾਮ ਜਿਹਨੂੰ ਆਪਾਂ ਕਹਿੰਦੇ ਖਰੋੜੇ ਕਹਿ ਦਿੰਦੇ ਹੈਗੇ ਅਸੀਂ ਆਹ ਵੀ ਲਿੱਤੇ ਹੈਗੇ ਥੋੜ੍ਹੇ ਜਿਹੇ ਅਸੀਂ ਕਿਹਾ ਸਰਦੀਆਂ ਹੈਗੀਆਂ ਨੇ ਚਲੋ ਬੱਚਿਆਂ ਨੂੰ ਥੋੜ੍ਹਾ ਦਿਆ ਕਰੀਏ ਹੈ ਨਾ ਸਰਦੀਆਂ ਵਾਸਤੇ ਠੀਕ ਹੁੰਦਾ ਹੈਗਾ ਅਤੇ ਮੈਂ ਕਿਹਾ ਇੱਧਰ ਨੂੰ ਵੇਖਿਆ ਹੈਗਾ ਹਾਏ ਮੈਨੂੰ ਤਾਂ ਵੇਖ ਕੇ ਹੋਰ ਹੀ ਤਰ੍ਹਾਂ ਹੋਏ ਮੈਂ ਕਿਹਾ ਯਾਰ ਕਿੱਦਾਂ ਦਾ ਮੀਟ ਹੈਗਾ ਭਾਈ ਕਹਿੰਦਾ ਆਇਆ ਜਿਹੜਾ ਉਹਨਾਂ ਦੇ ਲੱਤਾਂ ਲੁੱਤਾਂ ਮੈਂ ਕਿਹਾ ਚਲੋ ਠੀਕ ਦੇ ਦਿਓ ਹੈ ਨਾ ਅਸੀਂ ਫਿਰ ਵੜਦੇ ਜੀ ਘੁੰਮਦੇ ਘੁੰਮਾਉਂਦੇ ਦੁਕਾਨ ਤੋਂ ਕਦੇ ਖੱਬੇ ਕਦੇ ਸੱਜੇ ਅਸੀਂ ਫਿਰ ਕਰਦੇ ਕਰਾਉਂਦੇ ਅਸੀਂ ਦੁਕਾਨ ਦੇ ਵਿੱਚ ਵੜੇ ਹੈਗੇ ਨਾ ਚੰਗੀ ਤਰ੍ਹਾਂ ਘੁੰਮੇ ਕਾਮੇ ਹੈਗੇ ਫਿਰ ਅਸੀਂ ਵੜੇ ਜੀ ਦੂਸਰੀ ਦੁਕਾਨ 'ਚ ਦੂਸਰੀ ਦੁਕਾਨ 'ਚ ਵੀ ਅਸੀਂ ਸਮਾਨ ਲੈਣਾ ਸੀ ਉੱਥੇ ਵੀ ਚਲੇ ਗਏ ਉੱਥੋਂ ਅਸੀਂ ਸੌਦਾ ਲਿੱਤਾ ਹੈਗਾ ਥੋੜ੍ਹਾ ਜਿਹਾ ਅਤੇ ਸੁੱਕਾ ਸੌਦਾ ਜਿਹਨੂੰ ਆਪਾਂ ਕਹਿ ਲੈਣੇ ਹੈਗੇ ਨਾ ਸੌਦਾ ਸਾ ਲੈ ਕੇ ਅਤੇ ਅਸੀਂ ਆ ਗਏ ਜੀ ਭਾਈ ਦੇ ਕੋਲ ਕਾਊਂਟਰ ਦੇ ਕੋਲ ਤੋਂ ਉੱਥੇ ਤਲਾਇਆ ਹੈਗਾ ਅਸੀਂ ਆਪਣਾ ਸੌਦਾ ਅਸੀਂ ਕਿਹਾ ਭਾਈ ਤੋਲ ਦੱਸ ਫਿਰ ਵੀ ਕਿੰਨੇ ਕੁ ਪੈਸੇ ਬਣਾਏ ਹੈਗੇ ਨੇ ਤੂੰ ਭਾਈ ਨੇ ਵੀ ਆਪਣਾ ਸਮਾਨ ਤੋਲਿਆ ਤਾਲਿਆ ਹੈਗਾ ਅਤੇ ਕਹਿੰਦੇ ਹੋਰ ਕੁਛ ਚਾਹੀਦਾ ਅਸੀਂ ਕਿਹਾ ਨਹੀਂ ਤੁਸੀਂ ਤੋਲ ਲਓ ਜਦ ਤੱਕ ਤੁਸੀਂ ਤੋਲਦੇ ਉਹਨੇ 'ਚ ਸਾਡਾ ਜੇ ਖੱਬੇ ਸੱਜੇ ਧਿਆਨ ਗਿਆ ਕੋਈ ਪਸੰਦ ਆ ਗਈ ਚੀਜ਼ ਤਾਂ ਅਸੀਂ ਉਹ ਵੀ ਲੈ ਲੈਣੀ ਅਸੀਂ ਖੱਬੇ ਦੇਖਿਆ ਇੱਧਰ ਤਾਂ ਬੋਤਲਾਂ ਲੱਗਿਆ ਸੀ ਪੀਣ ਵਾਸਤੇ ਸਾਰਾ ਜੂਸ ਵਗੈਰਾ ਜੋ ਵੀ ਸੀ ਫਿਰ ਅਸੀਂ ਉੱਥੋਂ ਸਮਾਨ ਚੱਕਿਆ ਜੀ ਚੱਕ ਕੇ ਅਤੇ ਅਸੀਂ ਫਿਰ ਲਿਆਏ ਹੈਗੇ ਉਰਾ ਜਿੱਥੇ ਅਸੀਂ ਉਹਨੂੰ ਤਲਾਉਣਾ ਸੀ ਭਾਈ ਦੇ ਕੋਲੋਂ ਅਸੀਂ ਧਰਿਆ ਉਹਦੇ ਕਾਊਂਟਰ 'ਤੇ ਅਸੀਂ ਕਿਹਾ ਲੈ ਭਾਈ ਅਸੀਂ ਹੁਣ ਚੁੱਕ ਲਿਆਏ ਸਮਾਨ ਹੁਣ ਤੋਲਦੇ ਹੁਣ ਨਾ ਖੱਬੇ ਸੱਜੇ ਕੀ ਹੁਣ ਪੈਸੇ ਲੈ ਅਤੇ ਸਾਡਾ ਸਮਾਨ ਸਾਨੂੰ ਦੇ ਭਾਈ ਨੇ ਤੋਲ ਕੇ ਜੀ ਸਾਨੂੰ ਸਾਡਾ ਸਮਾਨ ਦੇ ਦਿੱਤਾ ਅਤੇ ਅਸੀਂ ਸਮਾਨ ਚੁੱਕ ਕੇ ਦੀ ਆਪਣੀ ਗੱਡੀ ਵੱਲ ਨੂੰ ਆ ਗਏ ਹੈਗੇ ਗੱਡੀ ਵੱਲ ਨੂੰ ਆ ਕੇ ਅਤੇ ਅਸੀਂ ਫਿਰ ਚਲੇ ਗਏ ਦੂਸਰੀ ਸਾਈਡ 'ਤੇ ਘੁੰਮਣ ਵਾਸਤੇ ਜੀ ਉੱਥੇ ਅਸੀਂ ਜੁੱਤੀਆਂ ਵਾਲੀ ਦੁਕਾਨ ਦੇ ਵਿੱਚ ਵੜੇ ਦੇਖੋ ਜੀ ਤੁਸੀਂ ਜੁੱਤੀਆਂ ਵਾਲੀ ਦੁਕਾਨ ਦੇ ਵਿੱਚ ਦੇਖ ਸਕਦੇ ਹੋ ਸਾਨੂੰ ਨਾ ਅਸੀਂ ਉੱਥੇ ਥੋੜ੍ਹੇ ਜਿਹੇ ਘੁੰਮੇ ਹੈਗੇ ਜੁੱਤੀਆਂ ਲਿੱਤੀਆਂ ਹੈਗੀਆਂ ਨਾ ਅਸੀਂ ਕਿਹਾ ਚਲੋ ਹੁਣ ਲੱਗੇ ਹੱਥੀ ਕੁਛ ਖਰੀਦ ਲੈਣੇ ਹੈਗੀਆਂ ਕੋਈ ਜੁੱਤੀ ਪਸੰਦ ਆਈ ਤਾਂ ਜੁੱਤੀ ਪਰਸ ਪਸੰਦ ਆਇਆ ਤਾਂ ਪਰਸ ਲੈ ਲੈਣੇ ਹੈਗੇ ਅਸੀਂ ਵੜ ਗਏ ਫਿਰ ਜੁੱਤੀਆਂ ਦੀ ਦੁਕਾਨ ਘੁੰਮਣ ਘਾਮਣ ਕਰਨ ਨਾ
ਫਿਰ ਘੁੰਮਦੇ ਘੁਮਾਉਂਦੇ ਅਸੀਂ ਇੱਥੇ ਸੀਟ 'ਤੇ ਆ ਕੇ ਮੰਮੀ ਨੂੰ ਬਿਠਾਇਆ। ਆਹ ਹੈਗੀ ਜੀ ਮਸਾਜ ਵਾਲੀ ਨਾ, ਇੱਥੇ ਬੈਠੋ ਅਤੇ ਮਸਾਜ ਆਸਤੇ ਲੱਕ ਨੂੰ ਮਸਾਜ ਮਿਲਦੀ ਹੈਗੀ, ਇਹਦੇ 'ਚ ਪੈਸੇ ਪਾਓ ਤਾਂ ਮਸ਼ੀਨ ਚੱਲੀ ਜਾਂਦੀ ਹੈਗੀ। ਅਸੀਂ ਆਪਣੀ ਮੰਮੀ ਨੂੰ ਬਿਠਾਇਆ, ਅਸੀਂ ਕਿਹਾ ਮੰਮੀ ਤੁਸੀਂ ਇੱਥੇ ਬੈਠੋ ਤਾਂ ਰਿਲੈਕਸ ਹੋਵੋ ਨਾ, ਕਿਉਂਕਿ ਕਾਫੀ ਸਾਰਾ ਘੁੰਮ ਲਿੱਤਾ ਹੈਗਾ ਜੀ। ਮੰਮੀ ਕਹਿੰਦੇ ਚਲੋ ਠੀਕ ਹੈਗਾ, ਸਾਡੇ ਬੱਚੇ ਵੀ ਆਹਤੇ ਬੈਠਦੇ ਸੀ ਪਰ ਇਹ ਬੱਚਿਆਂ ਵਾਸਤੇ ਨਹੀਂ ਠੀਕ ਸੀ, ਕਿ ਤੁਹਾਡੇ ਵਾਸਤੇ ਨਹੀਂ ਠੀਕ ਹੈ। ਅਸੀਂ ਇੱਧਰ ਰੁਕਿਆ ਘੁੰਮਦੇ ਘੁੰਮਾਉਂਦੇ ਹਾਂ, ਉਹਨੇ ਚਕਰ ਮੰਮੀ ਤੁਸੀਂ ਇੱਥੇ ਬੈਠ ਕੇ ਨਾ ਰੈਸਟ ਕਰੋ। ਮੰਮੀ ਨੇ ਕਿਹਾ ਰਿਲੈਕਸ ਫੀਲ ਹੋਏਗਾ। ਮੰਮੀ ਕਹਿੰਦੇ ਚਲੋ ਠੀਕ ਹੈਗਾ। ਮੰਮੀ ਵੀ ਬੈਠੀ ਨਾਲ ਸਾਡੀ ਜਪਜੀ ਬੈਠ ਕੇ, ਬੱਚੇ ਵੀ ਸਾਡੇ ਕਹਿਣਾ ਸੀ ਕਿ ਨਹੀਂ ਤੁਹਾਡੇ ਲੱਕ ਵਾਸਤੇ ਨਹੀਂ ਠੀਕ ਹੈਗੀ, ਆ ਮਸ਼ੀਨ ਹੈਗੀ ਜਿਹੜੀ ਮਸ਼ੀਨ ਮਸਾਜ ਕਰਦੀ ਹੈਗੀ ਔਰ ਉਹ ਸਾਡੇ ਵਾਸਤੇ ਠੀਕ ਹੈ ਜਾਂ ਤੁਹਾਡੇ ਬਜ਼ੁਰਗਾਂ ਵਾਸਤੇ ਠੀਕ ਹੁੰਦੀ। ਚਲੋ ਜੀ, ਬੱਚੇ ਘੁੰਮਦੇ ਘੁੰਮਾਉਂਦੇ ਆਪਣਾ ਖੇਡਣ ਭੱਜ ਗਏ ਹੈਗੇ। ਲੱਗ ਗਈ ਜੀ ਸਾਨੂੰ ਭੁੱਖ ਅਤੇ ਅਸੀਂ ਚਾਈਨੀਜ਼ ਦੁਕਾਨ 'ਤੇ ਵੜੇ, ਉੱਥੇ ਅਸੀਂ ਚਾਈਨੀਜ਼ ਖਾਣਾ ਲਿੱਤਾ ਹੈਗਾ। ਬੱਚਿਆਂ ਨੇ ਆਪਣੇ ਨੂਡਲਸ ਲਿੱਤੇ ਅਤੇ ਅਸੀਂ ਆਹਤੇ ਟੋਫੂ ਲਿੱਤਾ ਅਤੇ ਕਿਧਰੇ ਮੀਟ ਲਿੱਤਾ ਹੈਗਾ। ਅਸੀਂ ਸਾਰਿਆਂ ਨੇ ਬੈਠ ਕੇ ਜੀ ਫਿਰ ਆਪਣੇ ਖਾਣੇ ਦਾ ਇੰਜੋਏ ਕੀਤਾ। ਨਾਲ ਅਸੀਂ ਲਿੱਤਾ ਹੈਗਾ ਜੀ ਕੋਲਾ। ਬੱਚੇ ਵੀ ਕਹਿੰਦੇ ਅਸੀਂ ਕੋਲਾ ਪੀਣਾ, ਅਸੀਂ ਕਿ ਕੋਈ ਗੱਲ ਨਹੀਂ ਆਪਾਂ ਸਾਰੇ ਹੀ ਕੋਲਾ ਪੀਲਾਂਗੇ। ਅਤੇ ਅਸੀਂ ਲਿੱਤੇ ਹੈਗੇ ਜੀ ਇੱਥੇ, ਫਿਰ ਖਾਣਾ ਖਾ ਕੇ ਅਤੇ ਬਸ ਲੱਗੇ ਰਹੇ। ਫਿਰ ਆਹਤੇ ਕੋਈ ਆਪਣਾ ਨੂਡਲ ਖਾਂਦਾ ਰਿਹਾ, ਕੋਈ ਆਪਣਾ ਮੀਟ ਖਾਂਦਾ ਰਿਹਾ ਅਤੇ ਕੋਈ ਆਪਣਾ ਟੋਫੂ ਖਾਂਦਾ ਰਿਹਾ। ਅਸੀਂ ਆਰਾਮ ਨਾਲ ਤਸੱਲੀ ਨਾਲ ਬੈਠ ਕੇ ਖਾਣੇ ਦਾ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ। ਇੰਜੋਏ ਕਰਕੇ ਜੀ ਫਿਰ ਅਸੀਂ ਭੱਜ ਕੇ ਖੇਡਣ ਕੁੱਦਣ। ਘੁੰਮਾ ਕੇ ਜੀ ਅਸੀਂ ਫੜੀ ਫਿਰ ਆਪਣੀ ਗੱਡੀ ਅਤੇ ਅਸੀਂ ਤੁਰ ਪਏ ਜੀ ਘਰ ਵੱਲ ਨੂੰ। ਜੇ ਸਾਡੀ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਓਕੇ, ਬਾਏ, ਟਾਟਾ।